सतगुर मेरे कलम हाथ तेरे तू सोने सोने लेख लिख सतगुर मेरे कलम हाथ तेरे तू सोने सोने लेख लिख तेरे कलम हाथ तेरे सोने सोने लेख लिख तेरे कलम हाथ तेरे सोने सोने लेख लिख तेरे कलम हाथ तेरे सोने सोने लेख लिख दे सतगुरु मेरे कलम हाथ तेरे सोने सोने लेख लिख दे लेखां विच लिख दे मेरे संगत करना 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 लेखां विच लिख दे मेरे लिखा विच लिख दे मेरे संग करना ना अखां ना थकां हारा जद मैं तेरी संगत करां ना मैनू अकेवा होए ते ना मैनू थकेवा ना मैं अखां ते ना मैं थकां ਆਪਾਂ ਥੱਕ ਵੀ ਬਹੁਤ ਛੇਤੀ ਜਾਂਦੇ ਹਾਂ ਤੇ ਅੱਕ ਵੀ ਬਹੁਤ ਛੇਤੀ ਜਾਂਦੇ ਹਾਂ ਗੁਟਕਾ ਸਾਹਿਬ ਲੈ ਕੇ ਬਹਿ ਜਾਓ 10 ਮਿੰਟ ਬੈਠੀ ਦਾ ਕਦੇ ਇਧਰਲਾ ਗੋਡਾ ਤੇ ਖੜਾ ਹੋ ਗਿਆ ਕਦੇ ਇਧਰਲਾ ਗੋਡਾ ਖੜਾ ਕਰ ਲਿਆ 15 ਮਿੰਟ ਚੌਂਕੜੀ ਮਾਰਨੀ ਔਖੀ ਹੋ ਜਾਂਦੀ ਥੱਕ ਕੇ ਥੋੜੇ ਦਿਨ ਬਾਣੀ ਪੜੀ ਫਿਰ ਪੜਨੀ ਛੱਡ ਦਿੱਤੀ ਕੀ ਹੋ ਗਿਆ ਮਨ ਤੇ ਜੁੜਦਾ ਨਹੀਂ ਜੀ ਮਨ ਅੱਕ ਗਿਆ ਕੀ ਫਾਇਦਾ ਬਾਣੀ ਪੜੀ ਮਾਂ ਪੁਰਖਾਂ ਨੇ ਕਹਿਣਾ ਥੱਕ ਭਾਵੇਂ ਜਾਇਓ ਪਰ ਅੱਗੇ ਉਹਨਾਂ ਥਕੇਵਾਂ ਤੇ ਲੈ ਜਾਏਗਾ ਆਰਾਮ ਕਰਕੇ ਪਰ ਜੇ ਮਨ ਅੱਕ ਗਿਆ ਨਾ ਕੀ ਫਾਇਦਾ ਕਹੀ ਕੀ ਫਾਇਦਾ ਜੀ ਬਾਣੀ ਪੜੀ ਮਨ ਤੇ ਜੁੜਦਾ ਨਹੀਂ ਕਹਿੰਦੇ ਅੱਕਿਆ ਹੋਇਆ ਮਨ ਪਤਾ ਨਹੀਂ ਦੁਬਾਰਾ ਜੁੜੇ ਕੇ ਨਾਲ ਇਸ ਕਰਕੇ ਇਹ ਅਰਦਾਸ ਕਰਿਆ ਕਰੋ ਮਹਾਰਾਜ ਜਦੋਂ ਮੈਂ ਬਾਣੀ ਪੜਾਂ ਜਦੋਂ ਮੈਂ ਸੰਗਤ ਕਰਾਂ ਜਦੋਂ ਮੈਂ ਦਾਦਾ ਜੀ ਸੇਵਾ ਕਰਾਂ ਜਦੋਂ ਮੈਂ ਦਾਦਾ ਜੀ ਤੇਰੇ ਗੁਣਾਂ ਨੂੰ ਗਾਵਾਂ ਜਦੋਂ ਮੈਂ ਤੇਰੇ ਪਿਆਰਿਆਂ ਦਾ ਸੰਗ ਕਰਾਂ ਨਾ ਇਕਾਂ ਨਾ ਥੱਕਾਂ ਨਾ ਥੱਕਾਂ ਤੂੰ ਸੋਹਣੇ ਸੋਹਣੇ ਲੇਖ ਲਿਖ